ਗੁੱਡ ਮਾਰਨਿੰਗ ਸਟੂਡੈਂਟਸ ਇਹ ਵੀਡੀਓ ਸਪੈਸ਼ਲੀ ਹੈ +1 +2 ਦੇ ਸਟੂਡੈਂਟਸ ਦੇ ਲਈ ਕਿਉਂਕਿ ਜਿਹੜੀ ਪੰਜਾਬ ਬੋਰਡ ਦੀ ਅਫੀਸ਼ੀਅਲ ਵੈਬਸਾਈਟ ਹੈ pscb.ac.in ਇਹਦੇ ਉੱਪਰ ਇੱਕ ਰਿਡਿਊਸ ਸਿਲੇਬਸ ਅਪਲੋਡ ਕੀਤਾ ਗਿਆ ਸੀ ਪਿਛਲੇ ਦਿਨੀ ਤਾਂ ਉਹ ਸਿਲੇਬਸ ਕੱਲ ਡਿਲੀਟ ਕਰ ਦਿੱਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਐਕਚੁਅਲੀ ਉਹ ਅਫੀਸ਼ੀਅਲ ਸਿਲੇਬਸ ਨਹੀਂ ਸੀ ਉਹ ਕਿਸੇ ਨੇ ਗਲਤੀ ਨਾਲ ਅਪਲੋਡ ਕਰ ਦਿੱਤਾ ਸੀ ਤੇ ਬਾਅਦ ਵਿੱਚ ਉਹ ਡਿਲੀਟ ਕਰਨਾ ਪਿਆ ਤਈ ਦਾ ਮਤਲਬ ਇਹ ਹੈ ਕਿ ਸਿਲੇਬਸ ਤੁਹਾਡਾ ਹਜੇ ਕੋਈ ਵੀ ਰਿਡਿਊਸ ਨਹੀਂ ਹੋਇਆ ਹੈਗਾ ਜਿੰਨਾ ਸਿਲੇਬਸ ਪਹਿਲਾਂ ਚੱਲਦਾ ਆ ਰਿਹਾ ਉਹੀ ਸਿਲੇਬਸ ਹੈ ਉਸ ਦੇ ਅਕੋਰਡਿੰਗਲੀ ਹੀ ਤੁਸੀਂ ਪੜ੍ਹਨਾ ਹੈ ਜਿਹੜਾ ਕੱਲ ਸਿਲੇਬਸ ਗਰੁੱਪ ਦੇ ਵਿੱਚ ਐਡ ਕੀਤਾ ਗਿਆ ਸੀ ਜਾਂ ਜਿਵੇਂ ਵੀ ਤੁਸੀਂ ਪ੍ਰਿੰਟ ਆਊਟ ਵਗੈਰਾ ਦੇਖਿਆ ਹੋਣਾ ਜਾਂ ਤੁਸੀਂ ਅਫੀਸ਼ੀਅਲ ਸਾਈਟ ਤੇ ਵੀ ਦੇਖਿਆ ਹੋਣਾ ਤਾਂ ਉਹ ਸਿਲੇਬਸ ਦੇ ਅਕੋਰਡਿੰਗਲੀ ਤੁਸੀਂ ਨਹੀਂ ਪੜ੍ਹਨਾ ਪੁਰਾਣੇ ਸਿਲੇਬਸ ਦੇ ਅਕੋਰਡਿੰਗਲੀ ਹੀ ਹਜੇ ਓਵੇਂ ਹੀ ਪੜ੍ਹਨਾ ਕੋਈ ਵੀ ਟੌਪਿਕ ਹਜੇ ਰਿਡਿਊਸ ਨਹੀਂ ਹੋਇਆ ਕੱਟਆਫ ਨਹੀਂ ਹੋਇਆ ਤੇ ਇਹ ਜ਼ਰੂਰੀ ਇਨਫੋਰਮੇਸ਼ਨ ਸੀ ਪਲੱਸ 1 ਪਲੱਸ 2 ਦੇ ਸਟੂਡੈਂਟਸ ਦੇ ਲਈ 10th ਜਾਂ ਉਸ ਤੋਂ ਲੋਅਰ ਕਲਾਸਸ ਦਾ ਕੋਈ ਵੀ ਸਿਲੇਬਸ ਅਜੇ ਰਿਡਿਊਸ ਅਪਲੋਡ ਨਹੀਂ ਕੀਤਾ ਸੀ ਸਿਰਫ ਇਹੀ ਕੀਤਾ ਸੀ ਰਿਡਿਊਸ ਸਿਲੇਬਸ ਆਏਗਾ ਅਪਲੋਡ ਹੋਏਗਾ ਬਟ ਹਜੇ ਨਹੀਂ ਹੋਏਗਾ ਜਦੋਂ ਵੀ ਹੋਏਗਾ ਤੁਹਾਨੂੰ ਨੋਟੀਫਾਈ ਕਰ ਦਿੱਤਾ ਜਾਏਗਾ ਸੋ ਇਹ ਵੀਡੀਓ +1 +2 ਦੇ ਲਈ ਜ਼ਰੂਰੀ ਸੀ ਥੈਂਕ ਯੂ ਸੋ ਮਚ ਨੈਕਸਟ ਵੀਡੀਓ ਵਿੱਚ ਤੁਹਾਨੂੰ ਅਗਲੀ ਹੋਰ ਜਾਣਕਾਰੀ ਦੇਵਾਂਗੇ